ਨਮਸਕਾਰ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ অরুণ ਚੋਪੜਾ ਅੱਜ ਬੇਹਦ ਐਮ ਖਬਰ ਸੁਪਰੀਮ ਕੋਰਟ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਦੇਸ਼ ਦੇ ਵਿੱਚ ਗਰਭਪਾਤ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਹੈ ਜੀ ਹਾਂ ਗਰਭਪਾਤ ਕਾਨੂੰਨ ਜੋ ਪਹਿਲਾਂ ਬਹੁਤ ਸਖਤ ਸੀ ਉਸ ਦੇ ਵਿੱਚ ਹੁਣ ਸੋਧ ਕਰਕੇ ਸੁਪਰੀਮ ਕੋਰਟ ਨੇ ਨਵੇਂ ਰੂਲ ਲਾਗੂ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਹੁਣ ਕੁਆਰੀਆਂ ਕੁੜੀਆਂ ਗਰਭਪਾਤ ਕਰਵਾ ਸਕਣਗੀਆਂ ਇਸ ਨਵੇਂ ਕਾਨੂੰਨ ਦੇ ਨਾਲ ਪਰ ਕੁਝ ਸ਼ਰਤਾਂ ਦਾ ਪਾਲਣਾ ਕਰਨੀ ਪਵੇਗੀ ਸਿਰਫ ਕੁਆਰੀਆਂ ਨਹੀਂ ਸੋ ਕੋ ਵਿਆਹੀਆਂ ਔਰਤਾਂ ਵੀ ਜੋ ਚਾਹੁੰਦੀਆਂ ਨੇ ਕਿ ਉਹ ਗਰਭਪਾਤ ਕਰਾਉਣਾ ਚਾਹੁੰਦੀਆਂ ਨੇ ਬੱਚਾ ਨਹੀਂ ਹੋਣਾ ਚਾਹੁੰਦੀਆਂ ਤਾਂ ਉਹਨਾਂ ਦੇ ਕੋਲ ਹੁਣ ਗਰਭਪਾਤ ਕਰਵਾਉਣ ਦਾ ਅਧਿਕਾਰ ਸੁਪਰੀਮ ਕੋਰਟ ਵੱਲੋਂ ਦੇ ਦਿੱਤਾ ਗਿਆ ਅਨਵਿਆਹੀਆਂ ਨੂੰ ਪਹਿਲੀ ਵਾਰ ਹੈ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਹੁਣ ਗਰਭਪਾਤ ਦਾ ਅਧਿਕਾਰ ਦਿੱਤਾ ਗਿਆ ਸਭ ਤੋਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਬੋਰਸ਼ਨ ਕਾਨੂੰਨ ਜੋ ਦੇਸ਼ ਦੇ ਵਿੱਚ ਲਾਗੂ ਸੀ ਸਭ ਤੋਂ ਸਖਤ ਕਾਨੂੰਨ ਮੰਨਿਆ ਜਾਂਦਾ ਸੀ ਭਾਰਤ ਦੇ ਵਿੱਚ ਹੁਣ ਉਸ ਦੇ ਵਿੱਚ ਸਿੱਧੇ ਤੌਰ ਤੇ ਰਾਇ ਤਾਂ ਕੁਝ ਦੇ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਕੁਝ ਰਾਹਤ ਦਿੱਤੀ ਗਈ ਹੈ ਫਿਲਹਾਲ ਸੁਪਰੀਮ ਕੋਰਟ ਨੇ ਰਾਹਤ ਦੰਦਿਆਂ ਕਹਿ ਦਿੱਤਾ ਹੈ ਕਿ ਜੇਕਰ 20 ਤੋਂ 24 ਮਹੀਨਿਆਂ ਦਾ ਤੁਹਾਨੂੰ ਗਰਭ ਗਰਭ ਹੈ ਤਾਂ ਤੁਸੀਂ ਇਸ ਦਾ ਅਬੋਰਸ਼ਨ ਕਰਵਾ ਸਕਦੇ ਹੋ 24 ਮਹੀਨਿਆਂ ਤੋਂ ਬਾਅਦ ਯਾਨੀ ਕਿ 24 ਹਫ਼ਤਾ ਮਾਫ ਕਰਨਾ 24 ਹਫ਼ਤਿਆਂ ਤੋਂ ਬਾਅਦ ਮਾਫ ਕਰਨਾ 24 ਹਫਤਿਆਂ ਤੱਕ ਦਾ 20 ਤੋਂ 24 ਹਫਤਿਆਂ ਤੱਕ ਦੇ ਭਰੂਨ ਦਾ ਕਹਿ ਸਕਦੇ ਹਾਂ ਕਿ ਫਿਲਹਾਲ ਤੁਸੀਂ ਅਬੋਰਸ਼ਨ ਕਰਵਾ ਸਕੋਗੇ ਇਸ ਤੋਂ ਬਾਅਦ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਨਵਿਆਈਆਂ ਨੂੰ ਪਹਿਲੀ ਵਾਰ ਯਾਨੀ ਕਿ ਕੁੜੀਆਂ ਕੁੜੀਆਂ ਹੁਣ ਦੇਸ਼ ਦੇ ਵਿੱਚ ਅਬੋਰਸ਼ਨ ਕਰਵਾ ਸਕਦੀਆਂ ਨੇ ਐਮਟੀਪੀ ਐਕਟ ਪੰਜਾਬ ਕਹਿ ਸਕਦੇ ਹਾਂ ਪੂਰੇ ਦੇਸ਼ ਦੇ ਅੰਦਰ ਲਾਗੂ ਹੋ ਚੁੱਕਿਆ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅਨਵਿਆਈਆਂ ਨੂੰ ਹੁਣ ਗਰਭਪਾਤ ਕਰਵਾਉਣ ਦਾ ਅਧਿਕਾਰ ਮਿਲ ਜਾਵੇਗਾ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜੇਕਰ ਭਾਰਤ ਵਿੱਚ ਜੋ ਅਨਵੇਈਆਂ ਨੇ ਫਿਲਹਾਲ ਕਹਿ ਸਕਦੇ ਕੁਆਰੀਆਂ ਔਰਤਾਂ ਨੇ ਉਹ ਐਮਟੀਪੀ ਐਕਟ ਦੇ ਤਹਿਤ ਗਰਭ ਪਾਉਂਦਿਆਂ ਨੂੰ ਅਧਿਕਾਰ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਨੇ ਕਹਿ ਆ ਕਿ ਭਾਰਤ ਵਿੱਚ ਸਾਰੀਆਂ ਮਹਿਲਾਵਾਂ ਨੂੰ ਇਹ ਚੁਣਨ ਦਾ ਅਧਿਕਾਰ ਹੈ ਕਿ ਉਹ ਗਰਭ ਚਾਹੁੰਦੀਆਂ ਨੇ ਕਿ ਨਹੀਂ ਜੇਕਰ ਉਹ ਗਰਭਪਾਤ ਕਰਵਾਉਣਾ ਚਾਹੁੰਦੀਆਂ ਨੇ ਤਾਂ 20 ਤੋਂ 24 ਹਫ਼ਤਿਆਂ ਦੇ ਗਰਭ ਤੱਕ ਦਾ ਉਹਨਾਂ ਕੋਲ ਸਮਾਂ ਹੋਵੇਗਾ ਜਦੋਂ ਇਹ ਗਰਭਪਾਤ ਕਰਵਾ ਸਕਣ ਜਾਂ ਫਿਲਹਾਲ ਅਬੋਰਸ਼ਨ ਕਰਵਾ ਸਕਣ ਗਿਆ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਕਹਿ ਸਕਦੇ ਹਾਂ ਔਰਤਾਂ ਨੂੰ ਦਿੱਤੀ ਗਈ ਹੈ ਫਿਲਹਾਲ ਦੱਸ ਦਈਏ ਕਿ ਪਰਦੇ ਦੇ ਵਿੱਚ ਜੋ ਕੁਆਰੀਆਂ ਕੁੜੀਆਂ ਨੂੰ ਐਮਟੀਪੀ ਐਕਟ ਦੇ ਤਹਿਤ ਗਰਭ ਪਾਉਣ ਦਾ ਅਧਿਕਾਰ ਤਹ ਦੇ ਦਿੱਤਾ ਗਿਆ ਸੁਪਰੀਮ ਕੋਰਟ ਨੇ ਫੈਸਲੇ ਦਾ ਅਰਥ ਹੈ ਕਿ ਹੁਣ ਜੋ ਕੁਆਰੀਆਂ ਔਰਤਾਂ ਨੇ ਉਹ 24 ਹਫ਼ਤਿਆਂ ਤੱਕ ਦੇ ਗਰਭ ਪਾਉਣ ਦਾ ਅਧਿਕਾਰ ਉਹਨਾਂ ਨੂੰ ਮਿਲ ਗਿਆ ਹੈ ਫਿਲਹਾਲ ਗਰਭਪਾਤ ਕਰਵਾ ਸਕਣ ਗਿਆ ਕੋ ਆਰਗੀਆਂ ਕੁੜੀਆਂ ਵੀ ਹੁਣ ਆਪਣਾ ਗਰਭਪਾਤ ਕਰਵਾਉਣ ਦੇ ਯੋਗ ਹੋਣ ਗਿਆ ਕਿਸੇ ਮਨਜ਼ੂਰੀ ਦੀ ਲੋਟ ਨਹੀਂ ਹੋਵੇਗੀ ਸਿਰਫ ਡਾਕਟਰ ਕੋਲ ਜਾਣਾ ਪਵੇਗਾ ਤੇ ਡਾਕਟਰ ਕੋ ਜਾ ਕੇ ਜੇਕਰ ਇਹ ਗਰਭ ਨਹੀਂ ਚਾਹੁੰਦੀਆਂ ਤਾਂ 20 ਤੋਂ 24 ਹਫ਼ਤਿਆਂ ਤੱਕ ਦੇ ਗਰਭ ਨੂੰ ਉਹ ਅਬੋਰਟ ਕਰਵਾ ਸਕਣ ਗਿਆ ਯਾਨੀ ਕਿ ਅਬੋਸ਼ਨ ਕਰਵਾਇਆ ਜਾ ਸਕੇਗਾ ਫਿਲਹਾਲ ਸੁਪਰੀਮ ਕੋਰਟ ਨੇ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਰੂਲਸ ਦੇ ਨਿਯਮ ਤਨ ਵੀ ਦਾ ਵਿਸਥਾਰ ਕਰ ਦਿੱਤਾ ਹੈ ਦੱਸ ਦਈਏ ਕਿ ਆਮ ਤੌਰ ਤੇ ਮਾਮਲਿਆਂ ਚ 20 ਤੋਂ 20 ਹਫ਼ਤੇ ਤੋਂ 24 ਹਫ਼ਤਿਆਂ ਤੱਕ ਤੱਕ ਟੋ ਟ ਜੋ ਗਰਭ ਅਬੋਰਸ਼ਨ ਦਾ ਅਧਿਕਾਰ ਹੁਣ ਤੱਕ ਸਿਰਫ ਜੋ ਕਹਿ ਸਕਦੇ ਹੋ ਵਈਆਂ ਔਰਤਾਂ ਨੂੰ ਹੀ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਜੋ ਕੁਆਰੀਆਂ ਕੁੜੀਆਂ ਸੀ ਉਹਨਾਂ ਕੋਲ ਅਬੋਰਸ਼ਨ ਦਾ ਅਧਿਕਾਰ ਬਿਲਕੁਲ ਵੀ ਨਹੀਂ ਸੀ ਪਰ ਹੁਣ ਕਿਸੇ ਵੀ ਕੁਆਰੀ ਕੁੜੀ ਨੂੰ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਖੁੱਲੇ ਅਧਿਕਾਰ ਦੇ ਦਿੱਤੇ ਗਏ ਨੇ ਜੇਕਰ ਕੋਈ ਕੁਆਰੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਕਹਿ ਸਕਦੇ ਹੋ ਤਾਂ ਫਿਲਹਾਲ ਉਹ ਹੁਣ ਆਪਣਾ ਗਰਭਪਾਤ ਕਰਵਾ ਸਕੇਗੀ 20 ਤੋਂ 24 ਹਫ਼ਤਿਆਂ ਤੱਕ ਦਾ ਉਸਦੇ ਕੋਲ ਸਮਾਂ ਹੋਵੇਗਾ 20 ਤੋਂ 24 ਹਫ਼ਤਿਆਂ ਤੱਕ ਦੇ ਵਿੱਚ ਵਿੱਚ ਉਹ ਕਹਿ ਸਕਦੇ ਹੋ ਕਿ ਅਬੋਰਸ਼ਨ ਕਰਵਾਇਆ ਜਾ ਸਕੇਗਾ ਸੁਪਰੀਮ ਕੋਰਟ ਨੇ ਅਬੋਰਸ਼ਨ ਨੀਤੀ ਦੇ ਉਤੇ ਵੱਡਾ ਫੈਸਲਾ ਦਿੱਤਾ ਅਦਾਲਤ ਨੇ ਕਿਹਾ ਕਿ ਸਾਰੀਆਂ ਔਰਤਾਂ ਸੇਫ ਤੇ ਲੀਗਲ ਅਬੋਰਸ਼ਨ ਦੀਆਂ ਹੱਕਦਾਰ ਨੇ ਵਿਆਹੀਆਂ ਤੇ ਅਨਵਿਆਹੀਆਂ ਮਹਿਲਾਵਾਂ ਦੇ ਵਿਚਕਾਰ ਭੇਦਭਾਵ ਨਹੀਂ ਕੀਤਾ ਜਾ ਸਕਦਾ ਫਿਲਹਾਲ ਦੱਸ ਦਈਏ ਕਿ ਇਸ ਤੋਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਹੈ ਕਿ ਫਿਲਹਾਲ ਸੁਪਰੀਮ ਕੋਰਟ ਨੇ ਵੱਡੀਆਂ ਟਿੱਪਣੀਆਂ ਕਰਦੇ ਹੋਏ ਜੋ ਕਹਿ ਸਕਦੇ ਹੋ ਕਿ ਅਬੋਰਸ਼ਨ ਦਾ ਅਧਿਕਾਰ ਦੇ ਦਿੱਤਾ ਹੈ ਕੁੜੀਆਂ ਵੀ ਅਬੋਰਸ਼ਨ ਕਰਵਾ ਪਾਣ ਗਿਆ ਇਸ ਤੋਂ ਬਾਅਦ ਫਲਾਦ ਅਸੇ ਕਿ ਭਾਰਤ ਵਿੱਚ ਗਰਭਪਾਤ ਕਾਨੂੰਨ ਦੇ ਤਹਿਤ ਸਿਰਫ ਵਿਆਹੀਆਂ ਅਤੇ ਜੋ ਕਹਿ ਸਕਦੇ ਹਾਂ ਵਿਆਹੀਆਂ ਤੇ ਅਨਵਿਆਹੀਆਂ ਕੁੜੀਆਂ ਦੇ ਵਿੱਚਕਾਰ ਪਹਿਲਾ ਭੇਦਪਾਹ ਵਾਲੇ ਕਾਨੂੰਨ ਜੁੜ ਕੇ ਆ ਜਾ ਸਕਦੇ ਪਰ ਸੁਪਰੀਮ ਕੋਰਟ ਨੇ ਕਿਹਾ ਕੋਈ ਭੇਦਪਾਹ ਨਹੀਂ ਕੀਤਾ ਜਾ ਸਕਦਾ ਗਰਭਪਾਤ ਦਾ ਜੋ ਮੋਖੋ ਦੇਸ਼ ਹੈ ਰੇਪ ਜਾਂ ਵਿਵਹਾਈਕ ਰੇਪ ਵੀ ਸ਼ਾਮਲ ਨਹੀਂ ਫਲਾਦ ਜੀ ਬਿਲਕੁਲ ਸੁਪਰੀਮ ਕੋਰਟ ਨਾਲੇ ਵੀ ਟਿੱਪਣੀ ਕੀਤੀ ਹੈ ਕਿ ਜੋ ਔਰਤਾਂ ਜੱਕੋ ਕੁੜੀਆਂ ਰੇਪ ਆਦੀ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਅਜੇ ਹਾਲਾਤਾਂ ਦੇ ਵਿੱਚ ਉਹ ਪ੍ਰੂਨ ਨੂੰ ਰੱਖਣਾ ਨਹੀਂ ਚਾਹੁੰਦੀਆਂ ਗਰਭ ਜੇਕਰ ਠਹਿਰ ਜਾਂਦਾ ਤੇ ਗਰਭ ਰੱਖਣਾ ਨਹੀਂ ਚਾਹੁੰਦੀਆਂ ਤਾਂ ਉਹਨਾਂ ਦੇ ਕੋਲ ਹੁਣ ਰੇਪ ਕਹਿ ਸਕਦੇ ਹੋ ਕਿ ਜਿਹੀਆਂ ਘਟਨਾਵਾਂ ਤੋਂ ਬਾਅਦ ਗਰਭਪਾਤ ਕਰਾਉਣ ਦਾ ਅਧਿਕਾਰ ਉਹਨਾਂ ਨੂੰ ਦੇ ਦਿੱਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਅਧਿਕਾਰ ਅਭਨੂ ਆਪਸ ਵਿੱਚ ਜੋ ਅਧਿਕਾਰ ਸੀ ਉਹਨਾਂ ਨੂੰ ਵੰਡਦੇ ਹੋਏ ਹੁਣ ਕੁਵਾਰੀਆਂ ਕੁੜੀਆਂ ਵੀ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਮਟੀਪੀ ਐਕਟ ਦੇ ਤਹਿਤ ਕਹਿ ਸਕਦੇ ਹਾਂ ਕਿ ਰਿਲੇਵ ਰਿਲੇਸ਼ਨ ਤੋਂ ਬਾਹਰ ਆ ਕੇ ਕਹਿ ਸਕਦੇ ਹਾਂ ਫਿਲਹਾਲ ਕਿ ਅਬੋਰਸ਼ਨ ਕਰਵਾ ਸਕਦੀਆਂ ਨੇ ਜਾਣਕਾਰੀ ਫਿਲਹਾਲ ਮਿਲੀ ਹੈ ਐਕਟ ਤੋਂ ਬਾਹਰ ਜੋ ਕੁਵਾਰੀਆਂ ਕੁੜੀਆਂ ਨੂੰ ਲਿਵਨਰਸ਼ਿਪ ਤੋਂ ਬਾਹਰ ਕਰਨਾ ਅਸਵਿਧਾਨਿਕ ਘਰਾ ਜ਼ਰੂਰ ਦੇ ਦਿੱਤਾ ਗਿਆ ਇਸ ਵਿਚਾਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਚ ਕਿਹਾ ਕਿ ਜੋ ਕਾਨੂੰਨ ਹੈ ਉਸ ਦੇ 21 ਦੇ ਮਤਹਿਤ ਜੋ ਫਲਾਸ ਦੱਸਿਆ ਜਾਂਦਾ ਹੈ ਕਿ ਸਾਰੇ ਗੋਪਨੀਯਤਾ ਯਾਨੀ ਕਿ ਗੁਪਤ ਤਰੀਕੇ ਦੇ ਨਾਲ ਗੁਪਤ ਪੇਧ ਬਰਕਰਾਰ ਰੱਖਣ ਦੇ ਲਈ ਮਹਿਲਾਵਾਂ ਨੂੰ ਹੁਣ ਕੁਆਰੀਆਂ ਕੁੜੀਆਂ ਨੂੰ ਹੱਕ ਦਿੱਤਾ ਗਿਆ ਉਤੇ ਔਰਤਾਂ ਦੇ ਕੋਲ ਜੋ ਸਾਹਮਣੇ ਬੱਚਿਆਂ ਨੂੰ ਜਨਮ ਦਿੱਤਾ ਜਾਂ ਨਹੀਂ ਫਿਲਹਾਲ ਇਸ ਦੀ ਜਾਣਕਾਰੀ ਜੋ ਔਰਤਾਂ ਕਿਸੇ ਨੂੰ ਦੱਸਣਾ ਚਾਹੁੰਦੀਆਂ ਨੇ ਤੇ ਦੱਸ ਸਕਦੀਆਂ ਨੇ ਤਾਂ ਨਹੀਂ ਕਿਹਾ ਜਾ ਰਿਹਾ ਪਰ ਫਿਲਹਾਲ ਜੇਕਰ ਹੁਣ ਕੋਈ ਵੀ ਔਰਤ ਹੈ ਚਾਹੇ ਕੁਆਰੀ ਹੈ ਚਾਹੇ ਵਿਆਹੀ ਹੈ ਜੇਕਰ ਉਹ ਚਾਹੁੰਦੀ ਹੈ ਕਿ ਉਸ ਗਰਭਪਾਤ ਕਰਾਉਣਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਕਿ ਉਹ ਬੱਚਾ ਉਸਦੇ ਨਾ ਹੋਵੇ ਤਾਂ 20 ਤੋਂ 24 ਹਫ਼ਤਿਆਂ ਦੇ ਵਿੱਚ ਵਿੱਚ ਉਸ ਨੇ ਕਹਿ ਸਕਦੇ ਹਾਂ ਕਿ ਫਿਲਹਾਲ ਉਹ ਗਰਭਪਾਤ ਕਰਵਾ ਸਕਦੀ ਹੈ ਅਬੋਰਸ਼ਨ ਕਰਵਾ ਸਕਦੀ ਹੈ ਔਰਤਾਂ ਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਬਹੁਤੀਆਂ ਔਰਤਾਂ ਇਸ ਅਧਿਕਾਰ ਤੋਂ ਵਾਂਝੀਆਂ ਹੋਣ ਦੇ ਕਾਰਨ ਫਿਲਹਾਲ ਦੱਸਿਆ ਜਾਂਦਾ ਹੈ ਕਿ ਅਬੋਰਸ਼ਨ ਨਹੀਂ ਕਰਵਾ ਪਾਉਂਦੀਆਂ ਸਨ ਜਾਂ ਅਬੋਰਸ਼ਨ ਹੁੰਦੇ ਸੀ ਲੁਕ چھਪ ਕੇ ਹੋ ਜਾਂਦੇ ਸੀ ਜਾਂ ਜਿਸ ਤੋਂ ਬਾਅਦ ਭਰੂਣ ਕਈ ਵਾਰ ਸੜਕਾਂ ਤੇ ਵਿਰੋਲ ਦੇ ਵੇਖੇ ਗਏ ਪਰ ਅਜੇ ਹਾਲਾਤਾਂ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਹੁਣ ਸੰਵਿਧਾਨਕ ਕਰਾਰ ਦੇ ਦਿੱਤਾ ਗਿਆ ਇਸ ਲਾਹਰ ਨੂੰ ਪਹਿਲਾਂ ਕਹਿ ਸਕਦੇ ਹੋ ਕਿ ਜੋ ਚੋਰੀ ਛਿਪੇ ਕੰਮ ਹੋ ਰਹੇ ਸੀ ਉਸ ਨੂੰ ਸੰਵਿਧਾਨਕ ਕਰਾਰ ਦੇ ਦਿੱਤਾ ਗਿਆ ਤਾਂ ਫਿਲਹਾਲ ਇਹ ਜਾਣਕਾਰੀ ਮਿਲ ਰਹੀ ਹੈ ਕਿ ਅਬੋਰਸ਼ਨ ਕਾਨੂੰਨ ਦੇ ਤਹਿਤ ਹੁਣ ਸਰਕਾਰ ਕਿਆ ਸੁਪਰੀਮ ਕੋਰਟ ਦੇ ਕੋਲ ਇਹ ਹੱਕ ਦੇ ਦਿੱਤੇ ਗਏ ਔਰਤਾਂ ਨੂੰ ਕੁਆਰੀਆਂ ਕੁੜੀਆਂ ਤੇ ਦੋਵਾਂ ਨੂੰ ਹੱਕ ਦਿੱਤੇ ਗਏ ਨੇ ਕੁਆਰੀਆਂ ਤੇ ਵਿਆਹੀਆਂ ਦੋਵਾਂ ਹੁਣ ਕੁੜੀਆਂ ਨੂੰ ਹੱਕ ਦਿੰਦੇ ਹੋਏ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਰਤ ਵਿੱਚ ਅਬੋਰਸ਼ਨ ਕਾਨੂੰਨ ਲਾਗੂ ਹੋਵੇਗਾ 20 ਤੋਂ 24 ਹਫ਼ਤਿਆਂ ਦੇ ਵਿੱਚ ਵਿੱਚ ਦਰਮਿਆਨ ਜਦੋਂ ਭਰੂਣ ਕਹਿ ਸਕਦੇ ਹਾਂ ਕਿ ਫਿਲਹਾਲ 20 ਤੋਂ 24 ਹਫ਼ਤਿਆਂ ਦਾ ਹੀ ਹੋਵੇਗਾ ਤਾਂ ਉਸੇ ਦੌਰਾਨ ਜਦ ਪ੍ਰੈਗਨੈਂਸੀ ਦੇ ਦੌਰਾਨ ਅਬੋਰਸ਼ਨ ਕਰਵਾਇਆ ਜਾ ਸਕਦਾ ਹੈ ਇਸ ਨੂੰ ਲੀਗਲ ਇਕਰਾਰ ਦੇ ਦਿੱਤਾ ਗਿਆ ਭਾਰਤ ਦੇ ਵਿੱਚ ਇਸੇ ਵਿੱਚਕਾਰ ਦੀ ਪ੍ਰਤੀਕਿਰਿਆ ਸਾਨੂੰ ਮਿਲ ਰਹੀਆਂ ਨੇ ਲਗਾਤਾਰ ਤੁਸੀਂ ਇਸ ਖਬਰ ਤੇ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰਕੇ ਦੇ ਸਕਦੇ ਹੋ ਜਿਸ ਤਰੀਕੇ ਚੌਧਰੀ ਜੱਟ ਕਰਨ ਪੁੱਲਰ ਹਣੀ ਬਾਂਸਲ ਤੇ ਉੱਥੇ ਹੀ ਸੰਦੀਪ ਸੰਧੂ ਤੇ ਮਨਦੀਪ ਸਿੰਘ ਕਮਲਜੀਤ ਸਿੰਘ ਤੇ ਸਜਨ ਡਾਬਰ ਲਿਖਦੇ ਨੇ ਕਿ ਬਹੁਤ ਗਲਤ ਹੈ ਪਰ ਸੁਪਰੀਮ ਕੋਰਟ ਦਾ ਫੈਸਲਾ ਸਰਵੋਤਮ ਫੈਸਲਾ ਮੰਨਿਆ ਜਾਂਦਾ ਹੈ ਸੁਪਰੀਮ ਕੋਰਟ ਦਾ ਤੇ ਫੈਸਲੇ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਇਹ ਤਸਵੀਰਾਂ ਦੇ ਨਾਲ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਸਿੱਧੀ ਤਸਦੀ ਜੋ ਫੈਸਲਾ ਆਇਆ ਉਸਦੇ ਮਾਮਲੇ ਦੇ ਵਿੱਚ ਤੁਹਾਨੂੰ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਦੇ ਤਹਿਤ ਜੋ ਬਦਲਾ ਕੀਤਾ ਗਿਆ ਕਾਨੂੰਨ ਦੇ ਵਿੱਚ ਕਾਨੂੰਨ 'ਚ ਬਦਲਾ ਕਰਦੇ ਹੋਏ ਸਿੱਧੇ ਤੌਰ ਤੇ ਕਿਹਾ ਗਿਆ ਕਿ ਹੁਣ ਅਨਵੈਆਂ ਵੀ ਵੀ ਅਣਯਾਬੀ ਦੋਨੇ ਅਬੋਰਸ਼ਨ ਕਰਵਾਉਣ ਦੇ ਹੱਕ ਦੇ ਵਿੱਚੋਂ ਹੱਕਦਾਰ ਹੋਣ ਗਿਆ ਜੇਕਰ ਉਹ ਚਾਹੁੰਦੀਆਂ ਨੇ ਕਿ ਬੱਚਾ ਨਾ ਹੋਵੇ ਚਾਹੇ ਕੁੜੀ ਇਕਵਾਰੀ ਹੋਵੇ ਜਾਂ ਔਰਤ ਵਿਆਹੀ ਹੋਈ ਹੋਵੇ ਜੇਕਰ ਉਹ ਚਾਹੁੰਦੀ ਹੈ ਬੱਚਾ ਨਹੀਂ ਹੋਣਾ ਚਾਹੀਦਾ ਤਾਂ ਪਰਿਵਾਰ ਦੀ ਸਹਿਮਤੀ ਦੇ ਨਾਲ ਅਬੋਰਸ਼ਨ ਕਰਵਾਇਆ ਜਾ ਸਕਦਾ ਹੈ 20 ਤੋਂ 24 ਹਫ਼ਤੇ ਦੇ ਅੰਦਰ ਅੰਦਰ ਇਹ ਗਰਭਪਾਤ ਕਰਵਾਇਆ ਜਾ ਸਕਦਾ ਹੈ ਜੋ ਜਾਣਕਾਰੀ ਫਿਲਹਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਫਿਲਹਾਲ ਸਭ ਤੋਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਅਣਵਿਆਹੀਆਂ ਨੂੰ ਹੁਣ ਗਰਭਪਾਤ ਕਰਵਾਉਣ ਦਾ ਅਧਿਕਾਰ ਮਿਲ ਗਿਆ ਯਾ ਉਹ ਅਨਵੇਂਆਂ ਕੁੜੀਆਂ ਜੋ ਕੁਵਾਰੀਆਂ ਕੁੜੀਆਂ ਅਕਸਰ ਕਹ ਸਕਦੇ ਹੋ ਜਿਨ੍ਹਾਂ ਦੇ ਗਰਭ ਠਹਿਰਨ ਦੇ ਕਾਰਨ ਕਈ ਵਾਰ ਵਿਵਾਦ-ਵਿਵਾਦ ਖੜੇ ਹੋ ਜਾਂਦੇ ਨੇ ਰੇਪ ਦੇ ਮਾਮਲਿਆਂ ਦੇ ਵਿੱਚ ਜਿਆਤਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਹੁਣ ਭਾਰਤ ਵਿੱਚ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ ਕਿ ਚਾਹੇ ਕੁੜੀ ਅਨਵਿਆਹੀ ਹੋਵੇ ਜਾਂ ਫਿਰ ਵਿਆਹੀ ਹੋਵੇ ਜੇਕਰ ਉਹ ਚਾਹੁੰਦੀ ਹੈ ਕਿ ਆਪਣੇ ਗਰਭ ਦੇ ਵਿੱਚ ਪਾਲ ਰਹੇ ਬੱਚੇ ਨੂੰ ਅਬੋਰਟ ਕਰਵਾ ਸਕੇ ਅਭੋਸ਼ਨ ਕਰਵਾਵੇ ਤਾਂ ਕਰਵਾ ਸਕਦੀ ਹੈ ਹੁਣ ਇਸ ਨੂੰ ਲੀਗਲ ਕਰਾਰ ਦੇ ਦਿੱਤਾ ਗਿਆ ਪਰ ਸ਼ਰਤ ਰੱਖੀ ਗਈ ਹੈ ਕਿ ਭਰੂਣ 20 ਤੋਂ 24 ਹਫ਼ਤਿਆਂ ਤੱਕ ਦਾ ਹੋਣਾ ਚਾਹੀਦਾ ਹੈ ਗਰਭ ਯਾਨੀ ਕਿ ਠਹਿਰਿਆ 20 ਤੋਂ 24 ਹਫ਼ਤੇ ਹੀ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਗਰਭਪਾਤ ਨਹੀਂ ਹੋ ਗਰਬ ਦਾ ਪਤਾ ਲੱਗਦਾ ਤੇ ਵਾਸ਼ੰਗ ਕਰੋਨਾ ਚਾਹੁੰਦੇ ਹਨ ਤੇ ਕਰਵਾਇਆ ਜਾ ਸਕਦਾ ਹੈ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾ ਦਿੱਤਾ ਇਸ ਖਬਰ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਕਰਕੇ ਜਰੂਰ ਦਿੰਦੇ ਰਹੋ ਇਸ ਖਬਰ ਨੂੰ ਆਤ ਤੱਕ ਸ਼ੇਅਰ ਕਰਦੇ ਰਹੋ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਾਗਬਾਣੀ ਟੀਵੀ